ਦੋਸਤੋ ਮੰਗਲ ਹਠੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਕੱਲ੍ਹ ਆਪਾਂ ਪੜ੍ਹਦੇ ਹਾਂ ਜੀ ਮੇਰੀ ਇਹ ਕਿਤਾਬ ਮੈਂ ਧੀ ਹਾਂ। ਸੋ ਇਹਦੀਆਂ ਟੋਟਲ ਜਿਹੜੀਆਂ ਆ ਉਹ 39 ਕਿਸ਼ਤਾਂ ਨੇ ਅਤੇ ਅੱਜ ਆਪਾਂ ਜਿਹੜੀ ਇਹਦੀ 21ਵੀਂ ਕਿਸ਼ਤ ਪੜ੍ਹਦੇ ਹਾਂ, ਜਿਹਦੇ ਵਿੱਚ ਇੱਕ ਕੁੜੀ ਦੂਸਰੀ ਨੂੰ ਕਹਿੰਦੀ ਆ ਕਿ ਆਪਾਂ ਇਹੋ ਜਿਹੇ ਸੂਰਮੇ ਨੂੰ ਆਪਣਾ ਦੁੱਖ ਦੱਸੀਏ ਜੋ ਆਪਣੀ ਮਦਦ ਕਰੇ, ਅਤੇ ਉਹ ਅੱਗੋਂ ਕੀ ਕਹਿੰਦੀ ਆ ਜੀ ਸੁਣਿਓ। ਜ਼ਿਆਦਾ ਸੋਚ ਤੂੰ ਰਾਮ ਤੋਂ ਕੌਣ ਵੱਡਾ, ਜ਼ਿਆਦਾ ਸੋਚ ਤੂੰ ਰਾਮ ਤੋਂ ਕੌਣ ਵੱਡਾ, ਜਿਹਨੇ ਸੀਤਾ ਬਣੀ ਘਲਾ ਛੱਡੀ, ਆਖੇ ਧੋਬੀ ਦੇ ਇੱਕ ਮਜ਼ਬੂਰ ਔਰਤ ਝੱਟ ਮਹਿਲਾਂ 'ਚੋਂ ਠਕਰਾ ਛੱਡੀ, ਜਿਹੜੀ ਵਿੱਚ ਬਨਵਾਸ ਰਹੀ ਦੁੱਖ ਝੱਲਦੀ, ਉਹੀ ਮੁੜ ਬਨਵਾਸ ਭਜਾ ਛੱਡੀ, ਕੁੱਖ ਵੇਖੀ ਨਾ ਉਸ ਦੀ ਰਾਮ ਜੀ ਨੇ, ਗਰਭ ਜੂਨ ਹੀ ਦੁੱਖਾਂ ਵਿੱਚ ਪਾ ਛੱਡੀ, ਜੇ ਸੂਰਮੇ ਦੀ ਗੱਲ ਕਰੇ ਅੜੀਏ, ਅਰਜਨ ਨਾਲੋਂ ਵੱਡਾ ਸੂਰਮਾ ਹੋਊ ਕਿਹੜਾ, ਜੇ ਸੂਰਮੇ ਦੀ ਗੱਲ ਕਰੇ ਅੜੀਏ, ਅਰਜਨ ਨਾਲੋਂ ਵੱਡਾ ਸੂਰਮਾ ਹੋਊ ਕਿਹੜਾ, ਭੀਮ ਨਾਲੋਂ ਕੌਣ ਬਲਵਾਨ ਹੋਣਾ, ਕੌਰਵਾਂ ਕੋਲੋਂ ਦਰੋਪਦੀ ਖੋਹ ਕਿਹੜਾ, ਡਰੇ ਭੀਸ਼ਮ ਅਤੇ ਦਰੋਣਚਾਰੀ, ਚੀਰ ਹਰਨ ਤੱਕ ਅੱਖਾਂ 'ਚੋਂ ਚੋਹੂ ਕਿਹੜਾ, ਮੁੜ ਮੁੜ ਨਾ ਕ੍ਰਿਸ਼ਨ ਭਗਵਾਨ ਆਉਣਾ, ਨੰਗੀ ਦਰੋਪਦੀ ਫਿਰ ਲੁਕੋਊ ਕਿਹੜਾ, ਨਹੀਂ ਨੰਗੀ ਦਰੋਪਦੀ ਫਿਰ ਲੁਕੋਊ ਕਿਹੜਾ। ਸੋ ਉਮੀਦ ਕਰਦਾ ਜੀ ਤੁਹਾਨੂੰ ਵਧੀਆ ਲੱਗੀ ਹੋਊ। ਸਤਿ ਸ਼੍ਰੀ ਅਕਾਲ।